केंद्र सरकार वालों लागू किए गए तीन खेती कानूनों नूं लै के किसानों वालों लगातार भाजपा का विरोध किया जा रहा है, जिथे पिछले दिन राजपुरा विखे भाजपा आगुआं का किसानों वालों जबरदस्त विरोध किया गया। उत्थे अज जिला फतेहगढ़ साहिब के बीजेपी के जिला प्रधान प्रदीप कुमार गर्ग के घर का किसानों वालों विरोध करते हुए घिराओ कर नारेबाजी की गई। इस मौके पर गलबात करते हुए किसान आगुआ का कहना सी कि जिला फतेहगढ़ साहिब तो बीजेपी के जिला प्रधान प्रदीप कुमार गर्ग ने किसानों के प्रति माड़ी शब्दावली वरती है, जिस विच उन्होंने कहा कि जो किसानों वालों राजपुरा विखे भाजपा आगुआ का विरोध किया गया वह नकली किसान ने, जिसके विरोध में अज उन्होंने वालों प्रदीप कुमार गर्ग के घर का घिराव किया गया। उत्थे ही उन्होंने कहा कि जो तक खेती कानून रद्द नहीं होंगे उदों तक बीजेपी के आगुआ का घिराव इस दौरान जारी रहेगा। आओ जान लेंगे इस मौके किसान आगुआ का की कहना है। विपिन भारद्वाज की रिपोर्ट नाल दी टीवी एन राय। ये प्रोटेस्ट जो कि किसान 13 महीने दे उत्थे 7 महीने बार्डरां दे बैठे ने, 4 महीने उरे बैठे हो गए, शांतमई प्रदर्शन कर रहे ने। जिहड़े बीजेपी वाले ने थोड़े बंदे ये साडे इहनू धरने नू खराब करना चाहुंदे ने, जो कि ये तिन्ने काले कानून किसानां लई मारू ने। ਉਹ ਅਸੀਂ ਸਾਰੀ ਦੁਨੀਆ ਨਾਲ ਸੰਯੁਕਤ ਮੋਰਚੇ ਦੀ ਅਪੀਲ ਆ ਵੀ ਇਹਨਾਂ ਨੂੰ ਰੱਦ ਕਰਾਓ, ਨਾਲੇ ਜਿਹੜੇ ਇਹ ਮੀਟਿੰਗਾਂ ਕਰਦੇ ਨੇ ਪ੍ਰੋਟੈਸਟ ਕਰਦੇ ਨੇ ਇਹ ਮਾੜੇ ਨੇ। ਕਿਸਾਨ ਸ਼ਾਂਤਮਈ ਬੈਠੇ ਨੇ, ਨਕਲੀ ਕਿਸਾਨ ਕਹਿਣ ਵਾਲਿਆਂ ਨੂੰ ਇਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਆ ਵੀ ਜੋ ਕਿਸਾਨ ਆ, ਜੋ ਕਿਰਤ ਕਰਦਾ ਮਜ਼ਦੂਰ ਆ, ਉਹਦਾ ਸਾਰੇ ਇੱਕ ਮੁੱਚ 'ਤੇ ਹੋ ਕੇ ਇਕੱਠੇ ਹੋ ਕੇ ਕੰਮ ਕਰ ਰਹੇ ਨੇ। ਸ਼ਾਂਤਮਈ ਪ੍ਰੋਟੈਸਟ ਨੇ ਇਹ, ਜੇ ਅੱਜ ਉੱਥੇ ਇਹ ਵਾਅਦਾ ਕਰਨਗੇ ਅਸੀਂ ਉਹਦਾ ਕਰਾਉਂਗੇ। ਅੱਜ ਅਸੀਂ ਪ੍ਰਦੀਪ ਗਰਗ ਬੀਜੇਪੀ ਦਾ ਜੋ ਜ਼ਿਲ੍ਹਾ ਪ੍ਰਧਾਨ ਨੇ ਉਹਦਾ ਵਿਰੋਧ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਕਿ ਇਹਨੇ ਜੋ ਪਿਛਲੇ ਦਿਨ ਕੱਲ੍ਹ ਜੋ ਰਾਜਪੁਰਾ ਦੇ ਵਿੱਚ ਕਿਸਾਨਾਂ ਨੇ ਉੱਥੇ ਪ੍ਰਦਰਸ਼ਨ ਕੀਤਾ, ਉੱਥੇ ਵਿਰੋਧ ਵਿੱਚ ਬੀਜੇਪੀ ਲੀਡਰ ਦੇ ਕੁੱਟਿਆ ਉਹਨਾਂ ਨੂੰ ਉੱਥੇ, ਇਹਨੇ ਉਹਦੇ ਵਿਰੋਧ ਵਿੱਚ ਅੱਜ ਫਤਿਹਗੜ੍ਹ ਸਾਹਿਬ ਵਿਖੇ 12 ਵਜੇ ਰੋਸ ਪ੍ਰਦਰਸ਼ਨ ਪੁਤਲੇ ਸਾੜਨ ਦਾ ਪ੍ਰੋਗਰਾਮ ਰੱਖਿਆ ਅਤੇ ਨਾਲ ਹੀ ਇਹਨੇ ਕਿਸਾਨਾਂ ਨੂੰ ਉਹਨਾਂ ਰਾਜਪੁਰੇ ਵਾਲੇ ਕਿਸਾਨਾਂ ਨੂੰ ਨਕਲੀ ਕਿਸਾਨ ਦੱਸਿਆ। ਇਹਨੇ ਇਕੱਲੇ ਕਿਸਾਨਾਂ ਨੂੰ ਨਕਲੀ ਨਹੀਂ ਦੱਸਿਆ, ਅਤੇ ਸਾਡੇ ਸਾਰੇ ਏਰੀਏ ਦੇ ਇਲਾਕੇ ਦੇ ਪੰਜਾਬ ਦੇ ਕਿਸਾਨਾਂ ਨੂੰ ਨਕਲੀ ਦੱਸ ਰਿਹਾ ਇਹ, ਕਿ ਇਹਨੂੰ ਲੱਗ ਰਿਹਾ ਵੀ ਅਸੀਂ ਨਕਲੀ ਕਿਸਾਨ ਹੈ ਅਤੇ ਅੱਜ ਅੰਦਰ ਬੈਠਾ ਅਸੀਂ ਅੱਜ ਇਹਦਾ ਵਿਰੋਧ ਕਰ ਰਹੇ ਹਾਂ ਕਿ ਅੱਜ ਅਸੀਂ ਤੈਨੂੰ ਅੰਦਰ ਬਿਠਾ ਕੇ ਦੱਸ ਰਹੇ ਵੀ ਬਾਹਰ ਖੜ੍ਹੇ ਨੇ ਜੋ ਅਸਲੀ ਕਿਸਾਨ ਨੇ ਸਾਰੇ ਬਾਹਰ ਖੜ੍ਹੇ ਨੇ। ਸੋ ਅੱਜ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ। ਸੋ ਅਸੀਂ ਇਹੀ ਬੇਨਤੀ ਕਰਨੇ ਚਾਹੁੰਦੇ ਵੀ ਜਿਹੜੇ ਅਸੀਂ 7 ਮਹੀਨੇ ਤੋਂ ਸ਼ਾਂਤਮਈ ਉੱਥੇ ਬੈਠੇ ਹਾਂ, ਅਸੀਂ ਆਪਣੇ ਇਲਾਕੇ ਦੇ ਸ਼ਾਂਤਮਈ ਅੰਦੋਲਨ ਕਰ ਰਹੇ ਹਾਂ ਅਤੇ ਪ੍ਰਦੀਪ ਗਰਗ ਇਹ ਅੰਦੋਲਨ ਨੂੰ ਖਰਾਬ ਕਰ ਰਿਹਾ ਹੈ। ਸੋ ਇਹ ਮਾਹੌਲ ਜ਼ਿਆਦਾ ਖਰਾਬ ਕਰ ਰਿਹਾ ਹੈ। ਸੋ ਅਸੀਂ ਇਹਨੂੰ ਬੇਨਤੀ ਕਰਦੇ ਹਾਂ ਵੀ ਇਹ ਮਾਹੌਲ ਨੂੰ ਖਰਾਬ ਨਾ ਕਰੋ। ਸੋ ਇਹੀ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਸੂ ਕਿਸਾਨ ਜਥੇਬੰਦੀਆਂ ਦਾ ਜਿਹੜੇ ਇੱਥੇ ਪਹੁੰਚੇ ਨੇ। ਸੋ ਅੱਜ ਅਸੀਂ ਇਹਨਾਂ ਦਾ ਵਿਰੋਧ ਕਰਨ ਲਈ ਇੱਥੇ ਇਹਨਾਂ ਦੇ ਘਰ ਦੇ ਮੂਹਰੇ ਪਹੁੰਚੇ ਹਾਂ।